ਪੰਜਾਬੀਆਂ ਦੇ ਲਈ ਰਾਤ 12 ਵਜੇ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਆਂ ਗਾਈਡਲਾਈਨਸ ਆ ਜਾਣਗੀਆਂ ਕਿਉਂਕਿ ਕੱਲ ਤੋਂ ਅਨਲੌਕ 4 ਸ਼ੁਰੂ ਹੋਣ ਵਾਲਾ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਭਾਰਤ ਦੇ ਵਿੱਚ ਅੰਤਰਰਾਸ਼ਟਰੀ ਉਡਾਣਾਂ 1 ਮਹੀਨੇ ਲਈ ਹੋਰ ਰੋਕ ਦਿੱਤੀਆਂ ਗਈਆਂ ਨੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਹਰਸ਼ਰਨ ਕੌਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੇਂਦਰ ਦੇ ਜਵਾਬ ਤੋਂ ਬਾਅਦ ਪੰਜਾਬੀਆਂ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ ਕਿਉਂਕਿ ਪੂਰੇ ਭਾਰਤ ਦੇ ਵਿੱਚ ਕੱਲ੍ਹ ਤੋਂ ਅਨਲੌਕ 4 ਸ਼ੁਰੂ ਹੋਣ ਜਾ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਵੀ ਅਨਲੌਕ 4 ਸ਼ੁਰੂ ਹੋਣ ਜਾ ਰਿਹਾ ਹੈ। ਪਰ ਅਨਲੌਕ 4 ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਵੀਕਐਂਡ ਲੌਕਡਾਊਨ ਲੱਗ ਚੁੱਕਿਆ ਅਤੇ ਰਾਤ ਦਾ ਜਿਹੜਾ ਕਰਫਿਊ ਹੈ ਉਹ ਵੀ ਵਧਾ ਦਿੱਤਾ ਗਿਆ। ਉਹ ਰਾਤ ਨੂੰ 7 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਅਤੇ ਹੁਣ ਅੱਜ ਹੀ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਨੂੰ ਚਿੱਠੀ ਲਿਖੀ ਗਈ ਹੈ, ਅਪੀਲ ਕੀਤੀ ਗਈ ਹੈ ਕਿ ਸਾਨੂੰ ਜਿਹੜੇ ਤੁਸੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੇ ਵਿੱਚ ਕੁਛ ਰਿਆਇਤਾਂ ਦਿੱਤੀਆਂ ਜਾਣ ਕਿਉਂਕਿ ਸਾਡੇ ਸੂਬੇ ਦੇ ਹਾਲਾਤ ਓਨੇ ਬਿਹਤਰ ਨਹੀਂ ਹੈਗੇ ਜਿੰਨੇ ਬਾਕੀ ਕਈ ਸੂਬਿਆਂ ਦੇ ਹੈਗੇ ਨੇ। ਯਾਨੀ ਕਿ ਪੰਜਾਬ ਦੇ ਵਿੱਚ ਹਾਲੇ ਵੀ ਲੌਕਡਾਊਨ ਜਿਹੜਾ ਵੀਕਐਂਡ ਲੌਕਡਾਊਨ ਹੈ ਉਹ ਜਾਰੀ ਰਹਿ ਸਕਦਾ ਹੈ, ਕਰਫਿਊ ਦਾ ਸਮਾਂ ਵੀ ਇਹੀ ਰਹਿ ਸਕਦਾ ਹੈ। ਦੁਕਾਨਾਂ ਦੇ ਵਿੱਚ ਜਿਹੜਾ ਈਵਨ ਆਡ ਸਿਸਟਮ ਲਾਗੂ ਕੀਤਾ ਗਿਆ ਉਹ ਵੀ ਇਸੇ ਤਰ੍ਹਾਂ ਬਰਕਰਾਰ ਰਹਿ ਸਕਦਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਹੁਣ ਲਿਖ ਦਿੱਤਾ ਹੈ। ਕੇਂਦਰ ਨੂੰ ਇਸ ਕਰਕੇ ਲਿਖਣਾ ਪਿਆ ਕਿਉਂਕਿ ਕੇਂਦਰ ਨੇ ਜਦੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਲਿਖਿਆ ਸੀ ਕਿ ਕੇਂਦਰ ਦੀ ਆਗਿਆ ਤੋਂ ਬਿਨਾਂ ਕਿਸੇ ਵੀ ਸੂਬੇ ਦੇ ਵਿੱਚ ਲੋਕਲ ਲੌਕਡਾਊਨ ਅਨਾਊਂਸ ਨਾ ਕੀਤਾ ਜਾਵੇ, ਲੋਕਲ ਲੌਕਡਾਊਨ ਨਾ ਲਾਇਆ ਜਾਵੇ ਕੰਟੇਨਮੈਂਟ ਇਲਾਕਿਆਂ ਨੂੰ ਛੱਡ ਕੇ। ਹਰਿਆਣਾ ਦੀ ਸਰਕਾਰ ਨੇ ਵੀ ਜਿਹੜਾ ਸੋਮਵਾਰ ਮੰਗਲਵਾਰ ਦਾ ਲੌਕਡਾਊਨ ਲਾਇਆ ਸੀ ਉਹ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਵਾਪਸ ਲੈ ਲਿਆ ਸੀ, ਪਰ ਪੰਜਾਬ ਸਰਕਾਰ ਵਾਪਸ ਨਹੀਂ ਲੈਣਾ ਚਾਹੁੰਦੀ ਹਾਲਾਤਾਂ ਨੂੰ ਦੇਖ ਕੇ। ਸੋ ਥੋੜ੍ਹੇ ਸਮੇਂ 'ਚ ਪਤਾ ਲੱਗ ਜਾਏਗਾ ਨਵੇਂ ਦਿਸ਼ਾ ਨਿਰਦੇਸ਼ ਕੀ ਨੇ ਪੰਜਾਬ ਦੇ। ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਜਾਣਕਾਰੀ ਦੇ ਮੁਤਾਬਿਕ 84 ਸਾਲ ਦੀ ਉਹਨਾਂ ਦੀ ਉਮਰ ਸੀ। ਕਈ ਦਿਨਾਂ ਤੋਂ ਉਹਨਾਂ ਦੀ ਸਿਹਤ ਖਰਾਬ ਸੀ, ਕੋਮਾ ਦੇ ਵਿੱਚ ਚੱਲ ਰਹੇ ਸੀ, ਵੈਂਟੀਲੇਟਰ 'ਤੇ ਸਨ। ਉਹਨਾਂ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਪ੍ਰਣਬ ਮੁਖਰਜੀ ਦੀ ਮੌਤ ਹੋ ਚੁੱਕੀ ਹੈ। ਉਮਰ ਕਾਫੀ ਵੱਡੀ ਕਹਿ ਸਕਦੇ ਹਾਂ, 84 ਸਾਲ ਦੀ ਉਮਰ, ਅਤੇ ਉੱਤੋਂ ਉਹਨਾਂ ਨੂੰ ਕਈ ਹੋਰ ਬਿਮਾਰੀਆਂ ਵੀ ਸੀਗੀਆਂ ਅਤੇ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਜਦੋਂ ਜਕੜ ਲਿਆ ਤਾਂ ਉਹ ਮੁੜ ਤੋਂ ਠੀਕ ਨਹੀਂ ਹੋ ਸਕੇ। ਐਮਰਜੈਂਸੀ ਬੁਲੇਟਿਨ ਦੇ ਵਿੱਚ ਅਗਲੀ ਅਹਿਮ ਖਬਰ ਹੈ ਕਿ DGCA ਨੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ 30 ਸਤੰਬਰ ਤੱਕ ਹੋਰ ਰੋਕ ਵਧਾ ਦਿੱਤੀ ਹੈ। ਨਵੇਂ ਆਦੇਸ਼ਾਂ ਦੇ ਮੁਤਾਬਿਕ ਭਾਰਤ ਤੋਂ ਜਾਣ ਵਾਲੀਆਂ ਅਤੇ ਭਾਰਤ ਆਉਣ ਵਾਲੀਆਂ ਕੌਮਾਂਤਰੀ ਉਡਾਣਾਂ 'ਤੇ ਲੱਗੀ ਰੋਕ ਨੂੰ ਵਧਾ ਕੇ ਹੁਣ 30 ਸਤੰਬਰ 2020 ਤੱਕ ਕਰ ਦਿੱਤਾ ਗਿਆ। ਹਾਲਾਂਕਿ DGCA ਨੇ ਇਹ ਵੀ ਕਿਹਾ ਕਿ ਜਿਹੜੀਆਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਫਲਾਈਟਾਂ ਚੱਲ ਰਹੀਆਂ ਨੇ ਜਾਂ ਫਿਰ ਸਪੈਸ਼ਲ ਫਲਾਈਟਾਂ ਨੇ, ਚਾਰਟਰਡ ਫਲਾਈਟਾਂ ਨੇ, ਉਹ ਉਵੇਂ ਹੀ ਚੱਲਦੀਆਂ ਰਹਿਣਗੀਆਂ ਜਿਹੜੀਆਂ ਕਿ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਲਿਆ ਰਹੀਆਂ ਨੇ ਅਤੇ ਛੱਡ ਕੇ ਆ ਰਹੀਆਂ ਨੇ, ਉਹਨਾਂ 'ਤੇ ਕੋਈ ਅਸਰ ਨਹੀਂ ਹੋਵੇਗਾ। ਪਰ ਆਮ ਜਿਹੜੀਆਂ ਉਡਾਣਾਂ ਨੇ ਉਹ 30 ਸਤੰਬਰ ਤੱਕ ਹਾਲੇ ਬੰਦ ਰਹਿਣਗੀਆਂ। ਕੋਰੋਨਾ ਵਾਇਰਸ ਦੇ ਕਾਰਨ ਜਦੋਂ ਲੌਕਡਾਊਨ ਲੱਗਿਆ ਸੀ ਉਦੋਂ ਤੋਂ 23 ਮਾਰਚ ਤੋਂ ਹੀ ਭਾਰਤ ਦੇ ਵਿੱਚ ਕੌਮਾਂਤਰੀ ਉਡਾਣਾਂ ਦਾ ਆਉਣਾ ਜਾਣਾ ਬੰਦ ਹੈ। ਹਾਲਾਂਕਿ ਸਰਕਾਰ ਨੇ ਕੁਛ ਦੇਸ਼ਾਂ ਦੇ ਲਈ ਏਅਰ ਬੱਬਲ ਰੂਟ ਦੇ ਤਹਿਤ ਉਡਾਣਾਂ ਨੇ ਜਿਹੜੀਆਂ ਉਹ ਸ਼ੁਰੂ ਵੀ ਕੀਤੀਆਂ ਨੇ। ਏਅਰ ਬੱਬਲ ਦਾ ਮਤਲਬ ਹੁੰਦਾ ਹੈ ਕਿ ਦੋਵੇਂ ਦੇਸ਼ ਜਦੋਂ ਆਪਸ ਦੇ ਵਿੱਚ ਸਹਿਮਤ ਹੋਣ ਆਪਸ ਦੇ ਵਿੱਚ ਯਾਤਰਾ ਨੂੰ ਸ਼ੁਰੂ ਕਰਨ ਦੇ ਲਈ, ਤਾਂ ਫਿਰ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ। ਅਤੇ ਭਾਰਤ ਨੇ ਵੀ ਕਈ ਮੁਲਕਾਂ ਦੇ ਨਾਲ ਇਸ ਤਰੀਕੇ ਦੇ ਨਾਲ ਉਡਾਣਾਂ ਸ਼ੁਰੂ ਕੀਤੀਆਂ ਨੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।